ਐਡਮਿੰਟਨ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਯਤਨਸ਼ੀਲ ਨੇ ਬਹੁਤ ਸਾਰੇ ਕਮਿਊਨਿਟੀ ਦੇ ਕੰਮ ਕਰਨ ਲਈ। ਸਿੱਖ ਵਿਮਨ ਐਸੋਸੀਏਸ਼ਨ ਵੱਲੋਂ ਵੀ ਹਰ ਸਾਲ ਕੁਝ ਨਾ ਕੁਝ ਕੀਤਾ ਜਾਂਦਾ। ਇਸ ਸਾਲ ਵੀ ਉਹਨਾਂ ਵੱਲੋਂ ਇੱਕ ਟੂਰ ਜਿਹੜਾ ਉਹ ਰੱਖਿਆ ਗਿਆ ਐਲਕ ਆਈਲੈਂਡ ਪਾਰਕ ਦੇ ਵਿੱਚ। ਬਹੁਤ ਸਾਰੇ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਪਾਰਟੀਸਪੇਟ ਕੀਤਾ ਔਰ ਇਸ ਦੇ ਵਿੱਚ ਬੱਸਾਂ ਵਿੱਚ ਉਹਨਾਂ ਨੂੰ ਐਲਕ ਆਈਲੈਂਡ ਪਾਰਕ ਵਿੱਚ ਲਿਜਾਇਆ ਗਿਆ ਜਿੱਥੇ ਦਿਨ ਭਰ ਉਹਨਾਂ ਨੇ ਬਹੁਤ ਹੀ ਖੁਸ਼ੀ ਨਾਲ ਮਨਾਇਆ। ਉੱਥੋਂ ਦੀਆਂ ਝਲਕੀਆਂ ਲੈ ਕੇ ਅਸੀਂ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਵਿੰਦਰ ਸਿੱਧੂ ਔਰ ਕਮਲ ਸਿੱਧੂ ਹੋਰਾਂ ਦਾ ਹੈਡਵੇ ਸਕੂਲ ਤੋਂ ਜਿਨ੍ਹਾਂ ਨੇ ਸਾਨੂੰ ਇਸ ਸਮੇਂ 'ਤੇ ਬੁਲਾਇਆ। ਉਹਨਾਂ ਦੇ ਬੁਲਾਉਣ ਨਾਲ ਅਸੀਂ ਇਹ ਸਾਰੀਆਂ ਝਲਕੀਆਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਅੱਜ ਅਸੀਂ ਸਿੱਖ ਵਿਮਨ ਐਸੋਸੀਏਸ਼ਨ ਅੱਜ ਆਪਣੇ ਸੀਨੀਅਰ ਲੇਡੀਜ਼ ਨੂੰ ਪਿਕਨਿਕ 'ਤੇ ਐਲਕ ਆਈਲੈਂਡ ਪਾਰਕ 'ਤੇ ਲੈ ਕੇ ਆਏ ਹਾਂ। ਇਹ ਸਾਡੀ 9th ਐਨੂਅਲ ਪਿਕਨਿਕ ਹੈ। ਹਰੇਕ ਸਾਲ ਹੀ ਅਸੀਂ ਆਪਣੇ ਸੀਨੀਅਰ ਬਜ਼ੁਰਗਾਂ ਨੂੰ ਇੱਥੇ ਲੈ ਕੇ ਆਉਂਦੇ ਹਾਂ। ਉਹਨਾਂ ਦਾ ਫਨ ਹੋ ਜਾਂਦਾ। ਹਮੇਸ਼ਾ ਕੋਈ ਅਲਬਰਟਾ ਦੀ ਨਵੀਂ ਕੋਈ ਬੀਚ ਜਾਂ ਕੋਈ ਪਾਰਕ ਦਿਖਾਉਂਦੇ ਹਾਂ। ਸੋ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ETS ਤੋਂ ਬੱਸਿਸ ਚਾਰਟਰ ਕੀਤੀਆਂ ਅਤੇ ਸਾਡੇ ਨਾਲ 6 ਡਰਾਈਵਰਸ ਅਤੇ ਇੱਕ ਵਾਲੰਟੀਅਰ ਕੋਆਰਡੀਨੇਟ ਕਰਨ ਵਾਲੇ ਪ੍ਰੀਤ ਜੀ ਹਨ। ਥੈਂਕ ਯੂ ਕਮਲ। ਮੇਰੇ ਰਾਈਟ ਸਾਈਡ 'ਤੇ ਖੜੇ ਹੈਗੇ ਜਸਬੀਰ ਸਮਾਓ, ਸੁਖੀ ਕੁਲਾਰ, ਤਜਿੰਦਰ ਬਾਂਸਲ, ਗੁਰਜੀਤ ਸਿੰਘ ਕੰਗ, ਇੰਦਰਜੀਤ ਬਦੇਸ਼ਾ ਐਂਡ ਸਵਰਾਜ ਪਾਲ ਹੁੰਦਲ। ETS ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਕਿ ਸਾਨੂੰ ਬੱਸਿਸ ਚਾਰਟਰ ਕਰਨ ਲਈ ਉਹ ਦੇ ਦਿੰਦੇ ਆ। ਅਤੇ ਪਰ ਜਿਹੜੇ ETS ਦੇ ਵਰਕਰ ਆ ਸਾਡੇ ਨਾਲ ਅੱਜ ਸਾਰੇ ਡਰਾਈਵਰ, ਇਹਨਾਂ ਦੇ ਸਭ ਦੀ ਵਾਲੰਟੀਅਰ ਕੰਮ ਹੈ ਇਹ। ਅੱਜ ਤਾਂ ਮਸਾਂ ਭੈਣਾਂ ਇਕੱਠੀਆਂ ਹੁੰਦੀਆਂ ਸਾਲ ਪਿੱਛੋਂ। ਗਾਣੇ ਗਾਏ, ਮੈਂ ਹੁਣ ਇੱਕ ਗਾਣਾ ਗਾਉਂਦੀ ਹਾਂ। ਦ ਤਾਰਾ ਵੱਜਦਾ ਹੋਏ ਰਾਂਝਣਾ ਨੂਰ ਮੈਲ ਦੀ ਮੋਰੀ। ਮੈਂ ਤਾਂ ਅੱਗੇ ਸਾਰੀਆਂ ਭੈਣਾਂ ਨੂੰ ਕਹਿ ਰਹੀ ਸਾਂ ਵੀ ਜਿਸ ਤਰ੍ਹਾਂ ਸਾਰਾ ਸਾਲ ਅਸੀਂ ਰਹਿੰਦੇ ਹਾਂ ਘਰ ਦੇ ਵਿੱਚ ਅਤੇ ਬੜਾ ਅੱਛਾ ਲੱਗਦਾ ਜੇ ਇੱਕ ਦਿਨ ਅਸੀਂ ਆਈਏ, ਪਰ ਅਸੀਂ ਆਸ ਕਰਦੇ ਹਾਂ ਵੀ ਸਾਲ 'ਚ 2-3 ਵਾਰੀ ਆਇਆ ਕਰੀਏ। ਬੜਾ ਵਧੀਆ ਹੱਸਦਾ ਖੇਡਦਾ ਮੌਸਮ ਹੈ, ਰੰਗ ਬਿਰੰਗੇ ਆ ਦੇਖੋ। ਮੈਂ ਕਮਲ, ਪ੍ਰੀਤ ਅਤੇ ਹੋਰ ਬੇਟੀਆਂ ਦਾ ਨਾਂ ਨਹੀਂ ਜਾਣਦੀ ਜਿਹੜੇ ਕਿ ਇੰਨਾ ਉਪਰਾਲਾ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਦੇ ਬੀਬੀਆਂ ਨੂੰ। ਲੰਬਾ ਨਟੋਲੀ, ਲੰਬਾ ਨਟੋਲੀ, ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਨੇ ਹੈਂ, ਤੇਰ ਤੂੰ ਬਹੁਤ ਪਿਆਰ ਕਰਦੀਆਂ।